ਕੋਈ 70% ਜਿਹੜੀ ਸਬਸਿਡੀ ਦੇਣੀ ਆ ਉਹ ਮਿਲੇਗੀ ਕਿ ਨਹੀਂ ਜੀ? 70% ਵਾਲੀ ਤਾਂ ਇਹ ਜੀ ਮਿਲੇਗੀ ਵੀ ਲੋਕਾਂ 'ਤੇ ਟੈਕਸ ਲਾ ਕੇ ਮਿਲੇਗੀ। ਵੈਸੇ ਮੁਲਕ ਅੱਗੇ ਗਿਰਵੀ ਹੈ, ਕੋਈ 10-20 ਸਾਲ ਵੀ ਨਹੀਂ ਆਪਣੇ ਆਪ ਸੰਭਾਲ ਸਕਦਾ। ਸਹੀ ਹੋ ਗਿਆ, ਕਮਾਲ ਨਹੀਂ ਹੋਈ ਕੈਸੀ ਸਰਪੰਚ ਹੋ ਬੰਦੀ ਪਾਲਿਸੀ ਹੋ ਰਹੀ ਜ਼ਿਮੀਦਾਰਾਂ ਦੀ ਜੇਬਾਂ 'ਚੋਂ ਕੱਢ ਕੇ ਅਤੇ ਫਿਰ ਥੋੜ੍ਹਿਆਂ ਨੂੰ ਦੇਣਾ, ਥੋੜ੍ਹਿਆਂ ਦੇ ਦੇਵਣਾ। ਉਹ ਥੋੜੇ ਵੀ ਨਹੀਂ, ਉਹ ਥੋੜੇ ਵੀ ਪੂਰੇ ਨਹੀਂ ਆਉਣੇ, ਉਹ ਵੀ ਸਾਰਾ ਮੁਲਕ ਭਰਿਆ ਪਿਆ। 100 ਰੁਪਈਆ ਬੰਦਿਆਂ ਕੋਲੋਂ ਟੈਕਸ ਲੈ ਕੇ ਤੇ 10-15 ਰੁਪਈਏ ਉਸੇ ਬੰਦੇ ਦੇ ਹਿਸਾਬ ਵਿੱਚ ਰਿਆਇਤ ਦੀ ਸ਼ਕਲ ਚਲੇ ਜਾਣੇ। ਬਹੁਤ ਅੱਛਾ ਕਾਰਨਾਮਾ ਹੈ, 90 ਰੁਪਏ ਉਹਦੇ ਖਾ ਜਾਣੇ ਨੇ। ਇਹਨਾਂ ਹਰ ਗੱਲ ਦੇ ਖਾਣੇ ਖਾਧਦੇ ਆ ਤਾਂ ਨਹੀਂ ਕੁਝ ਬਣਦਾ। ਡਾਕੇ ਦਿਨੇ ਮਾਰੋ ਜਾਂ ਰਾਤ ਮਾਰੋ, ਆਵਾਮ ਦੇ ਨਾਲ ਜਿਹੜਾ ਖੈਰ ਖਵਾ ਨਹੀਂ ਉਹਦਾ ਜ਼ਿਆਦਾ ਦਿਨ। ਭੱਟ ਸਾਹਿਬ, ਹੁਣ ਆਪਾਂ ਇਹ ਗਾਜ਼ੀ ਦੇ ਟਰੈਕਟਰਾਂ ਦੇ ਰੇਟ ਦੀ ਗੱਲ ਕਰੀਏ ਤੇ ਗਾਜ਼ੀ ਅਸੀਂ ਉਸੇ ਰੇਟ ਦੀ ਦੇ ਰਹੇ ਹਾਂ, 25,50,000 ਵਿੱਚ ਕਿਰਾਇਆ ਸ਼ਾਮਿਲ ਕਰਦਾ, ਦਿਨ ਕਿਰਾਇਆ ਵੀ ਛੱਡਦੇ ਦੇਣਾ ਚੜ ਦਿਓ। ਅੱਛਾ ਜੀ, ਅਸੀਂ ਤਾਂ ਅੱਜ ਤੱਕ ਦੇ ਰਹੇ ਹਾਂ, 2 ਟਰੈਕਟਰ ਵਿਕੇ ਨੇ ਇਸ 8 ਦਿਨਾਂ 'ਚ। ਹਾਂਜੀ, ਜਿਹੜੀ ਖਰਾਬੀ ਹੋਈ ਹੈ, ਸਹੀ, ਫੈਕਟਰੀ ਬੰਦ, ਕਾਰੋਬਾਰ ਬੰਦ, ਬੁਕਿੰਗ ਬੰਦ, ਡਿਲੀਵਰੀ ਬੰਦ, ਹਰ ਸ਼ੈ ਬੰਦ, ਕੁਝ ਵੀ ਨਹੀਂ ਬੰਦ। ਅਲ ਗਾਜ਼ੀ ਦਾ ਦਫ਼ਤਰ ਖੁੱਲ੍ਹੇ, ਲੋ ਜੀ, ਬੁਕਿੰਗ ਬੰਦ ਕੀਤੀ ਹੋਈ ਨੇ, ਉਹ ਵੀ ਉੱਤੋਂ ਆਰਡਰ ਮਿਲੇ ਨੇ। ਹਾਂਜੀ, ਵੀ ਅਸੀਂ ਜਿਹੜਾ ਛਾਪਾ ਮਾਰਿਆ ਔਰ ਕਦੇ ਚੋਰੀ ਨਾ ਕੋਈ ਬੁਕਿੰਗ ਹੋ ਜਾਏ, ਕੋਈ ਡਿਲੀਵਰ ਨਾ ਹੋ ਜਾਏ, ਜੀ ਜੀ, ਉਹ ਫਿਲਹਾਲ ਉੱਥੇ ਕੁਝ ਹੈ ਕੰਮ ਸਲੋ। ਯਾਨੀ ਕਿ ਜਿਹੜੇ ਟਰੈਕਟਰ ਤੁਹਾਡੇ ਕੋਲ ਖੜੇ ਨੇ ਇਹ ਉਸੇ ਰੇਟ ਤੇ? ਹਰ ਬੰਦੇ ਦੇ ਆਪਣੇ ਹਨ ਜੀ, ਕੰਟਰੋਲ ਰੇਟ ਤੇ ਜੀ। ਜੋ ਅਸੀਂ 10-20 ਹਜ਼ਾਰ ਘਾਟੇ ਤੇ ਦੇ ਰਹੇ ਹਾਂ। ਲੋ ਜੀ ਦੋਸਤੋ, ਅੱਜ ਭੱਟੀ ਸਾਹਿਬ ਅੱਜ ਵੀ ਦੇ ਰਹੇ ਹਾਂ, ਸਿਰਫ ਇਹ ਅਲ ਗਾਜ਼ੀ ਦਾ ਨਾਂ ਉੱਚਾ ਕਰਨ ਵਾਸਤੇ ਦੇ ਰਹੇ ਹਾਂ। ਸਾਹਿਬ ਜਦੋਂ ਰੇਟ ਵੱਧ ਜਾਣੇ ਉਦੋਂ ਵੀ ਦਿਓਗੇ ਜਾਂ ਉਦੋਂ ਫਿਰ ਵੱਧ ਜਾਣੇ? ਜਦੋਂ ਵੱਧ ਗਏ ਅਸੀਂ ਪਾਗਲ ਨਾ ਦੇਈਏ ਪੱਲਿਓ, ਹੁਣ ਤਾਂ ਅੱਜ ਮਜਬੂਰਨ ਦੇ ਰਹੇ ਹਾਂ ਵੀ, ਕਿਉਂਕਿ ਲੋਕ ਸੋਚਦੇ ਨੇ ਵੀ ਹੋਰ ਘੱਟ ਰਿਹਾ ਟੈਕਸ, ਕੀਮਤ ਘੱਟ ਰਹੀ, ਜਦਕਿ ਘਟਣੀ ਕੋਈ ਨਹੀਂ ਜੀ। ਜੀ, ਇੱਥੇ ਕੋਈ ਸ਼ੈ ਰਹਿ ਹੀ ਨਹੀਂ ਗਈ ਜਿਹੜੀ ਘੱਟ ਕੇ, ਕਦੀ ਵੀ ਘਟੇ ਔਰ ਨਾ ਘਟਣੀ। ਪਰ ਸਾਹਿਬ ਇਹ ਕੰਪਨੀ ਤੇਲ ਵੀ ਦੇ ਰਹੀ ਹੈ ਗਾਜ਼ੀ ਕੰਪਨੀ ਦੇ ਨਾਮ ਤੋਂ, ਉਹਦੇ ਬਾਰੇ ਵੀ ਪੁੱਛਣਾ ਹੈ। ਬਾਕੀ ਜਿਹੜੇ ਦੂਸਰੇ ਟਰੈਕਟਰ ਉਹਨਾਂ ਦੇ ਰੇਟ ਦੱਸਿਓ। ਦੂਸਰੇ ਕਿਹੜੇ? ਜਿਹੜਾ ਆਪਣੇ ਕੋਲ ਵੱਡੇ ਟਰੈਕਟਰ ਨੇ 480, ਕਿੰਨੇ ਦਾ? 480 ਦੀ ਕੀਮਤ ਹੋਈ ਹੈ 21,94,000 ਤੇ ਗਾਜ਼ੀ 25,50, ਜਿਹੜਾ 640 ਉਹਦੀ ਕੀਮਤ 33,05,000 ਤੇ ਬਾਕੀ ਬਸ ਤਿੰਨੇ ਹੀ ਮਾਡਲ ਨੇ ਹੁਣ ਆਪਣੇ ਕੋਲ? ਤਿੰਨੇ ਮਾਡਲ ਨਹੀਂ ਹਨ, ਮਾਡਲ ਇਹਨਾਂ ਤਿੰਨਾਂ ਦੇ 6 ਬਣੇ ਨੇ। ਅੱਛਾ ਜੀ, ਇੱਕ 480 ਪਾਵਰ ਸਟੀਅਰਿੰਗ ਹੈ, ਹਾਂਜੀ, ਤੇ 480 ਸਾਦਾ ਟਰੈਕਟਰ ਹੈ, ਇੱਕ ਦੋ ਦਿਖਾਏ ਗਏ, ਹਾਂਜੀ, ਦੋ ਬਣ ਗਏ, 640 ਤਕਲਾ ਲਿਖੋ ਹੀ ਹੈ। ਗਾਜ਼ੀ ਦੇ ਵਿੱਚ ਇੱਕ ਉਹਨਾਂ ਕੋ ਅਜੂਬਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਉਹ ਕਾਮਯਾਬ ਨਹੀਂ ਹੋਇਆ। ਗਾਜ਼ੀ ਦੇ ਵਿੱਚ ਸਪੈਸ਼ਲ ਐਡੀਸ਼ਨ ਨੇ, ਉਹ ਹਾਲਾ ਅੰਡਰ ਪ੍ਰੋਸੈਸ ਹੈ, ਅਤੇ ਉਸ ਤੋਂ ਬਾਅਦ ਹੈ ਗਾਜ਼ੀ ਖੜਾ, ਇਹ ਸਭ ਤੋਂ ਅੱਛਾ ਹੈ। ਖਰਚਾ, ਤੇਲ ਦਾ ਕੰਮ, ਸਪੀਡ ਦੁੱਗਣੀ, ਵਜ਼ਨ ਜ਼ਿਆਦਾ। ਕੰਪਨੀ ਵਾਲਾ ਤੁਹਾਨੂੰ ਵੀ ਸਹੀ ਗੱਲ ਨਹੀਂ ਦੱਸ ਕਿ ਨਵਾਂ ਮਾਡਲ ਕਦੋਂ ਦੇਣਾ? ਨਹੀਂ ਜੀ, ਮੇਰਾ ਉਹਨਾਂ ਦਾ ਵੈਸੇ ਹੀ ਕੋਈ ਅੰਡਰਸਟੈਂਡਿੰਗ ਨਹੀਂ ਹੈ, ਕਿਉਂਕਿ ਜਿਸ ਬੰਦੇ ਕਿਸੇ ਡੀਲਰ ਦੇ ਨਾਲ ਮਸ਼ਵਰਾ ਹੀ ਨਹੀਂ ਕਰਨਾ, ਅਤੇ ਉਹ ਉਸ ਜਿਹੜਾ ਜੇ ਬੰਦਾ ਕੋਈ ਵੀ ਹੋਵੇ ਉਹਦੇ ਵਾਲਾ, ਉਹਨੂੰ ਕੋਈ ਖਬਰ ਨਹੀਂ। ਸਹੀ ਹੋ ਗਿਆ, ਦੋ ਵਕੀਲ ਰਲ ਜਾਣ ਤੇ ਬੇਗੁਨਾਹ ਫਾਂਸੀ ਲੱਗ ਜਾਂਦੇ। ਜਦੋਂ ਬੰਦੇ ਦੀ ਗੱਲ ਹੀ ਨਹੀਂ ਸੁਣਨੀ ਤੇ ਇਹ ਇਨਸੈਂਟਿਵ ਦੇ ਦਿਓ, ਹੁੱਕ ਦੇ ਦਿਓ, ਅੱਜ ਛੱਤ ਦੇ ਦਿਓ, ਅੱਜ ਕਿਤਾਬ ਦੇ ਦਿਓ, ਕਿਉਂ ਦੇ ਦਿਓ ਭਾਈ? ਭੱਟ ਸਾਹਿਬ ਆਪਣੇ ਕੋਲ ਕਿੰਨੇ ਟਰੈਕਟਰ? ਇਤਨੇ ਹੀ ਗਿਆ ਗੁਜ਼ਰਿਆ, ਕਿਉਂ ਦਿਓ? ਭੱਟ ਸਾਹਿਬ ਕਿੰਨੇ ਟਰੈਕਟਰ ਆਪਣੇ ਕੋਲ? ਆਪਣੇ ਕੋਲ 25-26 ਹਨ ਸਰ, 25-26 ਟਰੈਕਟਰ ਨੇ ਜੀ। ਤੇ ਜਿੰਨੇ ਲੈਣਾ ਜੀ ਆਪਣਾ ਪੁਰਾਣੀ ਕੀਮਤ ਤੇ ਟਰੈਕਟਰ ਲੈ ਜਾਵੇ, ਲੈ ਲਓ, ਇਹ ਉਸ ਵਕਤ ਤੱਕ ਮੁਮਕਿਨ ਹੈ ਜਦੋਂ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ, ਤੇ ਜੇ ਅੱਜ ਵੀ ਨਹੀਂ ਲੈਂਦੇ ਤਾਂ ਮੈਂ ਅੱਗੋਂ ਵੇਚਣਾ ਹੀ ਨਹੀਂ। ਸਹੀ ਹੋ ਗਿਆ,
ਪਰ ਸਾਹਿਬ ਇਹ ਆਪਣੇ ਕੋਲ ਟਰੈਕਟਰ ਕਿੰਨੇ ਖੜੇ ਨੇ ਦੱਸਿਆ? 25-26 ਹੈ ਨਾ ਭਾਈ, ਗਿਣ ਲਓ ਤੁਸੀਂ। 25-26 ਹੈ ਨੇ ਤੇ ਨੰਬਰ ਤੁਹਾਡਾ ਦੇ ਦਈਏ ਕਿਸੇ ਨੂੰ? ਅਗਰ ਨੰਬਰ ਸਾਰਿਆਂ ਦਿਓ ਨਾ ਤੁਸੀਂ, ਨੰਬਰ ਛੁਪਾ ਕੇ ਕਿਉਂ ਰੱਖੇ ਤੇ ਲੈਣ ਕੀ ਆਉਂਦੇ ਚੌਥੇ ਦਿਨ? ਤੇ ਨੰਬਰ ਤੁਹਾਨੂੰ ਪੁੱਛੀਦਾ ਤੁਸੀਂ ਦੱਸਦੇ ਨਹੀਂ ਹੈ ਤਾਂ ਲਿਖੋ, ਫਿਰ ਤੁਸੀਂ ਕਹਿੰਦਾ ਵੀਡੀਓ ਕਾਰਡ ਦੇ ਬੰਦੇ ਸਾਡੇ ਤੇ ਲਿਖੋ, ਘਰ ਘਰ ਲਿਖੋ। ਉਹ ਵੈਸੇ ਮਸ਼ਵਰੇ ਲੈਣ ਵਾਸਤੇ ਮੇਰੇ ਕੋਲ ਹੀ ਆਉਂਦੇ ਨੇ, ਰਾਤ ਅੰਧੇਰੇ 'ਚ ਟੈਲੀਫੋਨ, ਕੋਈ ਫਾਇਦਾ ਤਾਂ ਨਹੀਂ ਇਸ ਗੱਲ ਦਾ। ਬੰਦੇ ਦਾ ਆਪਣਾ ਦਿਮਾਗ ਖਰਾਬ ਹੋਇਆ ਵੀ ਤੁਸੀਂ ਹਰ ਚੀਜ਼ ਚੈੱਕ ਕਰੋ ਜੀ, ਜੀ ਬੰਦੇ ਚੈੱਕ ਕਰੋ, ਮਾਲ ਚੈੱਕ ਕਰੋ, ਉਹਦੀ ਕੀਮਤ ਚੈੱਕ ਕਰੋ, ਜਿੱਥੋਂ ਸਹੀ ਹੈ ਉੱਥੋਂ ਸੌਦਾ ਖਰੀਦੋ। ਇੱਥੇ ਵੋਟ ਜਿਵੇਂ ਦਿੰਦੇ ਨੇ ਵੀ ਚੀਜ਼ ਮੇਰਾ ਬਰਾਦਰੀ ਦਾ ਬੰਦਾ ਹੈ ਭਾਵੇਂ ਹਰਾਮ ਦਾ, ਉਹਨੂੰ ਦੇ ਦਿੰਦੇ ਨੇ। ਦੁਕਾਨਦਾਰਾਂ ਦਾ ਵੀ ਰੇਟ ਕਰਨ ਨਾ ਚੈੱਕ। ਪਰ ਸਰ ਨੰਬਰ ਫਿਰ ਦਿੰਦੇ ਨੇ ਫਿਰ? ਹਾਂਜੀ, 0300 ਹਾਂਜੀ 44-29-746। ਪੈਸਾ ਆਪਣੇ ਕੋਲ ਟਰੈਕਟਰ ਜਿਹੜੇ ਖੜੇ ਨੇ ਸਾਰੇ ਤਾਜ਼ਾ ਹੀ ਨੇ ਜਾਂ? ਇਹ ਸਾਰੇ ਹੀ ਫਰੈਸ਼ ਨੇ, ਇੱਕ ਹਫ਼ਤਾ ਪਹਿਲਾਂ ਨਿਕਲਿਆ ਜਦੋਂ ਦਾ ਬੈਨ ਲੱਗਾ ਵੀ ਟਰੈਕਟਰ ਦੀ ਸੇਲ ਬੰਦ ਹੈ, ਕੀਮਤ ਵੱਧ ਰਹੀ, ਕੋਈ ਇਹਦਾ 4 ਲੱਖ ਘੱਟ ਰਹੀ, ਕੋਈ ਫਰਮਾ ਰਿਹਾ 4 ਲੱਖ ਵੱਧ ਰਹੀ ਹੈ। ਉਹ ਉਸ 4 ਦੇ ਚੱਕਰ 'ਚ ਫੈਕਟਰੀਆਂ 'ਤੇ ਬੰਦ ਜਾਂ ਬੁਕਿੰਗ ਡਿਲੀਵਰੀ ਅਰਜ਼ੀ ਤੌਰ 'ਤੇ ਮੁਅੱਤਲ ਹੋਣ ਦੀ ਵਜ੍ਹਾ ਤੋਂ 4 ਲੱਖ ਰੁਪਈਏ ਤੁਸੀਂ ਫਰਮਾ ਰਹੇ ਵੀ ਬਾਜ਼ਾਰ 'ਚ ਜ਼ਿਆਦਾ ਹੋ ਗਿਆ। ਜੀ ਜੀ, ਮੈਂ ਨਹੀਂ ਪੁੱਛਿਆ ਤੇ ਨਾ ਮੇਰਾ ਕਿਸੇ ਦੂਸਰੇ ਟਰੈਕਟਰ ਨਾਲ ਕੋਈ ਤਲਕ ਨਹੀਂ, ਅਸੀਂ ਪੁੱਛਿਆ ਨਾ, ਅਸੀਂ ਤਾਂ ਸਿਰਫ ਇਹ ਅਲਗਾਜ਼ੀ ਹੀ ਹੈ ਬਸ, ਔਰ ਅਲਗਾਜ਼ੀ ਦੇ ਨਾਲ ਜਦੋਂ ਤੱਕ ਚੱਲ ਰਹੇ ਹਾਂ 30 ਸਾਲ ਹੋ ਗਏ ਨੇ। ਫਿਰ ਸਾਹਿਬ ਹੁਣ ਮਾਰਕੀਟ ਦੇ ਵਿੱਚ ਇਸ ਤੋਂ ਬਾਅਦ ਹੁਣ ਅਗਰ ਮੇਰੇ ਨਾਲ ਕੋਈ ਅਲਗਾਜ਼ੀ ਦੇ ਵਿੱਚ ਐਸਾ ਗਰੁੱਪ ਤੋਂ ਮੰਦਰੇ ਆਮ ਤੇ ਆ ਰਿਹਾ ਵੀ ਜਿਹੜੇ ਮੇਰੇ ਖਿਲਾਫ ਹਨ, ਮੈਂ ਉਹਨਾਂ ਦੇ ਖਿਲਾਫ ਹੋ ਕੇ ਉਹਨਾਂ ਸਾਰਿਆਂ ਦਾ ਸਿਰ ਲਊਗਾ। ਪਟ ਸਾਹਿਬ ਮਾਰਕੀਟ ਦੇ ਵਿੱਚ ਸਵਾਏ ATS ਤੋਂ ਕੋਈ ਟਰੈਕਟਰ ਸੇਲ ਨਹੀਂ ਹੋ ਰਿਹਾ, ਸਾਰੇ ਟਰੈਕਟਰ ਹੀ ਸੇਲ ਉਹਨਾਂ ਨੇ ਰੋਕੀ ਹੋਈ ਹੈ। 3 ਟਰੈਕਟਰ ATS ਦੇ ਅੱਜ ਰਿਆਜ਼ ਨੇ ਵਿੱਚ ਆ, ਸਹੀ ਗੱਲ, ਬਾਕੀ ਟਰੈਕਟਰ ਕੋਈ ਨਹੀਂ ਸੇਲ ਹੋ ਰਿਹਾ। ਚਲੋ ਜੀ, ਨੰਬਰ ਤੁਹਾਡਾ ਆ ਗਿਆ ਪਟ ਸਾਹਿਬ, ਜਿਹਨਾਂ ਨੇ ਲੈਣਾ ਨੰਬਰ ਉੱਥੇ ਕੰਧ 'ਤੇ ਲਿਖ ਕੇ ਉਸ ਪੱਟੀ ਦੇ ਥੱਲੇ ਜਿੱਥੇ ਤੁਸੀਂ ਕੋਟੂ ਕੁੰਡੇ ਲੈਣ ਲਾਇਆ ਨਾ।